जी 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 ਤੁਸੀਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਪੂਰੀ ਦੁਨੀਆ 'ਚ ਜਾਂਦੇ ਹੋ ਜੀ ਜੀ ਇਹ ਤੋਂ ਸਰਦਰ ਨਾਮ ਦੀ ਅਮਰੀਕਾ ਜੀ 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 ਪਾਕਿਸਤਾਨ ਤੁਹਾਡੇ ਲੱਖਾਂ ਕਰੋੜਾਂ ਤੁਹਾਡੇ ਚਾਹਣ ਵਾਲੇ ਨੇ ਉਹਨਾਂ ਦੇ ਬੜੀਆਂ ਚਿੱਠੀਆਂ ਆਉਂਦੀਆਂ ਮੈਨੂੰ ਮੈਂ ਸਾਰੀਆਂ ਜਵਾਬ ਦਿੰਦਾ ਉਦੋਂ ਫੋਨ ਵੀ ਆਉਂਦੇ ਨੇ ਮੈਨੂੰ ਆਈ ਲਵ ਦੈਮ ਐਂਡ ਆਈ ਨੋ ਦੇ ਲਵ ਦੈਮ ਉਹਦਾ ਸ਼ਾਨ ਆਇਆ ਸੀ ਉੱਥੇ ਦਾ ਐਕਟਰ ਕਈ ਸਾਲ ਪਹਿਲਾਂ ਦੀ ਗੱਲ ਹੈ ਕਹਿੰਦਾ ਮੈਂ ਜੀ ਉਹ ਧਰਮ ਵਾਲੀ ਡਰੈਸ ਪਾ ਕੇ ਸਕੂਲ ਚਲਾ ਗਿਆ ਮਾਸਟਰ ਕਹਿੰਦਾ ਇਹ ਕੀ ਆਵੇ ਕਹਿੰਦਾ ਜੀ ਧਰਮਵੀਰ ਕਹਿੰਦਾ ਉੱਥੇ ਮੈਨੂੰ ਇੰਨੀ ਖੁਸ਼ੀ ਹੋਈ ਆਈ ਐਮ ਪ੍ਰਾਊਡ ਆਫ ਮਾਈ ਦੈਟ ਇਜ਼ ਆਈ ਥਿੰਕ ਦੇ ਲਵ ਮੀ ਇਵਨ ਮੋਰ ਦੈਨ ਆਵਰ ਸਾਈਡ ਬਿਕੋਜ਼ ਦੇ ਸੈਡ ਉਹ ਕਹਿੰਦਾ ਕਿ ਝਗੜਾ ਲੜਾਈ ਹੁੰਦੀ ਤੇ ਕਹਿੰਦੇ ਧਰਮਿੰਦਰ ਸਾਹਿਬ ਨੇ ਆਪਣੇ ਮੋਰ ਮੀਨਸ ਅ ਲੋਟ ਐਂਡ ਮੇਰੇ ਫੇਵਰੇਟ ਸੀ ਤੁਹਾਡੇ ਮਨੋਵਰ ਜ਼ਰੀਫ ਨੰਨਾ ਮੈਂ ਉਹਨਾਂ ਨੇ ਨੌਕਰ ਬੀਵੀ ਦਾ ਜਿਹੜੀ ਬਣਾਈ ਸੀ ਮਨੋਵਰ ਜ਼ਰੀਫ ਦੀ ਪਿਕਚਰ ਤੇ ਬਣਾਈ ਸੀ ਨੌਕਰ ਰੋਟੀ ਦਾ ਪਿਆ ਸੀ ਨੌਕਰ ਬੀਵੀ ਦਾ ਕਰਦਾ ਸੀ ਬਣਾਈ ਸੀ ਥੋੜ੍ਹਾ ਜਿਹਾ ਫਰਕ ਤਾਂ ਲਿਆਉਣਾ ਪੈਂਦਾ ਬਟ ਦੇ ਵਰ ਸੋ ਗੁੱਡ ਆਲ ਆਫ ਦੈਮ ਇਵਨ ਦਵਾਈ ਚਲੋ ਅਲੀ ਜਾਸ ਹੀ ਕੇਮ ਟੂ ਸੀ ਮੀ ਆਈ ਲਵ ਹਿਮ ਵੈਰੀ ਮਚ ਆਈ ਵਾਂਟ ਕੇ ਬਦਲ ਆਪਾਂ ਇਕੱਠੇ ਹੋ ਜਾਈਏ ਹੁਣ ਤੋਂ ਇਹਦੋਂ ਬਾਅਦ ਕੁਛ ਨਹੀਂ ਹੋ ਸਕਦਾ ਛਾ ਜਾਂਗੇ ਦੁਨੀਆ ਤੇ ਛਾ ਜਾਂਗੇ ਜਿੱਦਾਂ ਆਪਾਂ ਜਿੱਦਾਂ ਅਸੀਂ ਇੱਕ ਹੋਵੇ ਨਾ ਆਈ ਥਿੰਕ ਇਟ ਵਿਲ ਬੀ ਬਿਗ ਚੈਲੰਜ ਫॉर ऑल ਆਫ ਅਸ ਕੋਈ ਸਰਦ ਨਹੀਂ ਹੁੰਦੀ ਮੈਂ ਸਾਡੀ ਕੋਈ ਨਹੀਂ ਮੇਰੇ ਆਪਣੇ ਕੋਈ ਨਹੀਂ ਸਾਡੀਆਂ